वेलकम बैक ऑन जियो कनाडा। और हमारे साथ एक ऐसी शख्सियत है आज कनाडा कंट्री से, मैंने इनकी बातें सुनी और मैं इतना प्रभावित हुआ कि जिस जोश से, कितना जोश भरा है इन्होंने बच्चों में बात करने का इनका तरीका। आइए इनसे बात कराता हूँ आपकी कि बच्चों का फ्यूचर यहाँ पर क्या है। अगर आप अपने बच्चों का फ्यूचर बनाना चाहते हैं कनाडा कंट्री के अंदर, तो किन चीज़ों को आपको ध्यान रखना चाहिए कि कोई ना कोई स्किल आप जरूर सीख के आइए। और आइए इनसे बात करते हैं और अपना इंट्रोडक्शन ये खुद ही देंगे। तो ओवर टू। हाँ जी, मेरा नाम अमरजीत कैंग है जी। मैं इत्थे मैनू आए, मैं आई वॉज केम इन 1980-81, सो आई वॉज वर्किंग हेयर टू मच, सो आई सुजैसट टू एवरी किड्स टू कम इन कनेडा। हुण मैं पंजाबी विच असली ट्रैक ते आउणा जी। जिहड़े बच्चिआं ने कनेडा विच आउणा, वह अपने आप दे विच क्वालिटी पैदा करन। कोई जिवें कि कोई भी क्वालिटी, जिवें बाल कट्टण दा होया, कोई हलवाई बन गया, कोई रोटी बनाउण दा एक्सपर्ट बन गया, कोई ईवन के जो जुत्तियां नूं भी गंढदा, ओह आदमी भी इत्थे चंगे पैसे बना सकदा। और सारिआं नूं पहलां मैं सब नूं यही कहिंदा भी पढ़ाई नालों इत्थे थोड़े च अपने क्वालिटी पैदा करो, जिदे नाल तुसी अंग्रेजी चंगी तरह बोल सको। और थोड़े च कोई भी एक थोड़े च होवे, वेल्डिंग होवे, गड्डियां दे डेंट पेंट डेंटिंग पेंटिंग दा काम होवे, गड्डियां ठीक करन दा होवे, तुसी कुछ ना कुछ हर एक बंदे च क्वालिटी होवे, प्लमिंग होवे, इलैक्ट्रिसिटी होवे, दे शुड नो समथिंग अबाउट द प्रोफेशन। से बहुत इत्थे ग्रेट अपॉर्चुनिटी है जी कि इत्थे कनेडा च आके बच्चों अपने पैरों पर खड़े होने लई कुछ ना कुछ जरूर वह सीख के आउण। ते बाकी दूजी गल है जी, असी वो घबराउण ना किसी गल तो, यह कनेडा बहुत गुड कंट्री है जी, ते ही प्रोवाइड एवरीथिंग राइट। इन्हां ने थोनू गुड एजुकेशन देनी है, तो गुड तुसी फिर इत्थे नौकरियां करनिया ने। पता इन्हां नूं भी है जी भी थोड़े करके ही साडे जिहड़े बिजनेस ने वो चल रहे ने। तो बड़े बंदे जिहड़े इत्थे दे हुण बड़े पुराने बंदे ने, वो छोटियां थोड़े पैसों विच मजदूरी नहीं करनगे, ना इन्हां दे फलोर साफ करनगे, ना इन्हां दे भांडे साफ करनगे। वह असीं बच्चों नूं कहने भी ਇਹ ਤਾਂ ਕੁਆਲਿਟੀਆਂ ਹੈ, ਬਾਕੀ ਆਪਣੇ ਵਿੱਚ ਤੁਸੀਂ ਕੁਆਲਿਟੀਆਂ ਪੈਦਾ ਕਰੋ। ਕਨੇਡਾ ਕੋਈ ਬੰਦ ਨਹੀਂ ਹੈਗਾ, ਕਨੇਡਾ ਵਿੱਚ ਗ੍ਰੇਟ ਅਪਰਚੁਨਿਟੀ ਆ। ਠੀਕ ਆ, ਸਲੰਪ ਆਉਂਦੇ ਰਹਿੰਦੇ ਨੇ, ਰਿਸੈਸ਼ਨ ਆਉਂਦੇ ਜਾਂਦੇ ਰਹਿੰਦੇ ਨੇ, ਦਿਸ ਇਜ਼ ਦਾ ਪ੍ਰੋਡਕਸ਼ਨ ਆਫ ਅਰਥ ਸ਼ਾਸਤਰੀਜ਼। ਅਤੇ ਹੁਣ ਭਾਈ ਸਾਹਿਬ ਉਹਨਾਂ ਨੂੰ ਮੈਂ ਕਹਿੰਦਾ ਜੀ ਵੀ ਜੇ ਅਗਰ ਕੋਈ ਇਹਨਾਂ ਦੇ ਸਵਾਲ ਜਵਾਬ ਨੇ ਉਹ ਮੇਰੇ ਨਾਲ ਕਰ ਸਕਦੇ ਨੇ। ਮੈਂ ਇਹੀ ਬੱਚਿਆਂ ਨੂੰ ਕਹਿੰਦਾ ਵੀ ਤੁਸੀਂ ਆਪਣੇ ਵਿੱਚ ਕੁਆਲਿਟੀ ਪੈਦਾ ਕਰੋ, ਨਾ ਕਿ ਕਿਸੇ ਅੱਗੇ ਹੱਥ ਅੱਡਣੇ ਨੇ। ਈਵਨ ਕਿ ਰੋਟੀ ਤੁਹਾਨੂੰ ਬਣਾਉਣੀ ਆਉਂਦੀ ਆ, 10 ਜਿੱਥੇ ਆਪਣੀ ਰੋਟੀ ਬਣਾਉਣੀ ਆ, 10 ਬੰਦਿਆਂ ਦੀ ਹੋਰ ਬਣਾਓ, ਯੂ ਕੈਨ ਮੇਕ ਦਾ ਮਨੀ ਫਰੋਮ ਦੈਟ ਸਾਈਡ। ਦਾਲ ਬਣਾਓ, ਸਬਜ਼ੀ ਬਣਾਓ, ਅਤੇ ਰੋਟੀਆਂ ਬਣਾਓ, ਯੂ ਕੈਨ ਗਿਵ ਦਾ ਫੂਡ ਟੂ ਅਦਰ ਪੀਪਲ ਐਂਡ ਸਮ ਗੈਟਿੰਗ ਮਨੀ ਫਰੋਮ ਦੇਅਰ। ਸੋ ਆਪਣੇ ਪੈਰਾਂ 'ਤੇ ਆਪ ਖੜ੍ਹੇ ਹੋਵੋ, ਅਤੇ ਇਹੀ ਮੇਰੀ ਸਲਾਹ ਸਭ ਬੱਚਿਆਂ ਨੂੰ, ਇਹੀ ਸਲਾਹ ਹੈ ਜੀ ਮੇਰੀ। ਹੁਣ ਤੁਸੀਂ ਸਵਾਲ ਪੁੱਛਣਾ ਜੀ, ਕੋਈ ਪੁੱਛ ਸਕਦੇ ਹੋ ਜੀ? ਕੋਈ ਦਿਮਾਗ ਦੀ ਗੱਲ ਆ ਰਹੀ, ਪੁੱਛੋ। ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਆਉਣ, ਤੁਸੀਂ ਫਸਟ ਟਾਈਮ ਆਏ ਹੋ ਜਾਂ ਆਪਣਾ ਤੁਸੀਂ? ਮੈਂ ਪਹਿਲੀ ਵਾਰ ਆਇਆ ਸੀ ਜੀ, ਮੈਨੂੰ 42 ਸਾਲ ਹੋ ਗਏ ਨੇ ਜੀ ਇੱਥੇ ਆਏ ਨੂੰ ਜੀ। 42 years. ਹਾਂਜੀ, ਤੇ ਇਸ ਤੋਂ ਪਹਿਲਾਂ ਵੀ ਤੁਸੀਂ ਕਿਸੇ ਬੱਚਿਆਂ ਨੇ ਇਸ ਤਰ੍ਹਾਂ ਮੈਂ ਸਜੈਸਟ ਕੀਤਾ ਸੀਗਾ, ਤੁਸੀਂ ਕਰਦੇ ਰਹਿੰਦੇ ਹੋ? ਹਾਂਜੀ, ਜਿੱਥੇ ਵੀ ਮੈਨੂੰ ਬੱਚੇ ਮਿਲਦੇ ਨੇ ਮੈਂ ਇਹਨਾਂ ਨੂੰ ਇਹ ਕਹਿਣਾ ਬਈ ਅਗਰ ਮੇਰੀ ਸੇਵਾ ਦੀ ਲੋੜ ਹੈ, ਮੈਂ ਜਿੰਨੇ ਯੋਗਾ ਵੀ ਹੈਗਾ, ਮੈਂ ਫਾਈਨੈਂਸ਼ਲੀ ਵੀ, ਮੈਂ ਹੈਲਥਿਕ ਤੌਰ 'ਤੇ ਵੀ, ਮੈਂ ਪੈਸੇ ਤੌਰ ਵੈਲਥ ਤੌਰ 'ਤੇ ਵੀ, ਮੈਂ ਉਹਨਾਂ ਨੂੰ ਕੰਮ ਕਰਨ ਦੇ ਲਈ ਵੀ ਅਪਰਚੁਨਿਟੀ ਦੇ ਦਿੰਦਾ। ਕਈ ਵਾਰ ਜੇ ਮੈਨੂੰ ਕਿਤੇ ਮਿਲਦੀ ਆ, ਕੋਈ ਮੈਨੂੰ ਕਹਿੰਦਾ ਬੰਦਾ ਚਾਹੀਦਾ, ਮੈਂ ਪ੍ਰੋਵਾਈਡ ਕਰ ਦਿੰਦਾ, ਅਤੇ ਮੈਂ ਹਮੇਸ਼ਾ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਜੀ। ਹਾਂਜੀ, ਵਾਹਿਗੁਰੂ ਜੀ। ਤੁਸੀਂ ਆਪਣਾ ਤੁਸੀਂ ਕਿੱਥੋਂ ਜੀ? ਵੈਸੇ ਖਾਲਸਾ ਜੀ, ਮੈਂ ਸ਼੍ਰੀ ਤਰਨ ਤਾਰਨ ਸਾਹਿਬ ਤੋਂ ਹਾਂ। ਮੈਂ ਦੂਸਰੀ ਵਾਰ ਕਨੇਡਾ ਆ ਚੁੱਕਾ, ਅਤੇ ਭਾਈ ਸਾਹਿਬ ਬੜੇ ਸੋਹਣੇ ਲੱਗੇ ਨੇ, ਬੈਠੇ ਸੀ, ਇਹਨਾਂ ਦੇ ਵਿਚਾਰ ਸੁਣੇ ਆ, ਬਹੁਤ ਸੋਹਣੇ ਲੱਗੇ ਆ। ਜੋ ਇਹਨਾਂ ਬੱਚਿਆਂ ਵਾਸਤੇ, ਬੱਚਿਆਂ ਦੇ ਭਵਿੱਖ ਵਾਸਤੇ ਜਿਹੜਾ ਦੱਸਿਆ ਨਾ, ਬਹੁਤ ਚੰਗਾ ਲੱਗਾ। ਵੀ ਇਸ ਕਰਕੇ ਜਿਸਨੇ ਵੀ ਬੱਚੇ ਨੇ ਕਿਸੇ ਵੀ ਕੰਟਰੀ 'ਚ ਇੰਡੀਆ 'ਚ ਆਉਣਾ ਚਾਹੁਣਾ, ਆਪਣਾ ਸੋਚ ਸਮਝ ਕੇ, ਆਪਣੀ ਥੋੜ੍ਹੀ ਜਿਹੀ ਲੈਂਗੁਏਜ ਜਿਹੜੀ ਆ, ਇੰਗਲਿਸ਼ ਜ਼ਰੂਰੀ ਆ, ਥੋੜ੍ਹਾ ਆਪਣਾ ਜਿਹੜਾ ਹੈ ਇਹਦੇ ਵਿੱਚ ਕੰਮ ਕਾਰ ਜਿਹੜਾ ਕਰਨਾ, ਉਹਦਾ ਥੋੜ੍ਹਾ ਜਿਹਾ ਆਪਣਾ ਖਿੱਚ ਸਿੱਖ ਕੇ ਆਉਣਾ ਚਾਹੀਦਾ। ਸਿੱਖੇ ਹੋਏ ਕੰਮ ਵਾਸਤੇ ਇੱਥੇ ਕੋਈ ਕਮੀ ਨਹੀਂ ਹੈ, ਕਿਸੇ ਬੱਚੇ ਵਾਸਤੇ ਕੋਈ ਪ੍ਰੋਬਲਮ ਨਹੀਂ ਆ। ਜਿਹੜਾ ਦੂਸਰਾ ਵਰਕ ਆਪਣਾ ਹਾਰਡ ਵਰਕ ਕੋਈ ਨਹੀਂ, ਇੱਥੇ ਬੱਚਾ ਮਿਹਨਤ ਕਰਕੇ ਇੱਥੇ ਆਵੇ ਤਾਂ ਕੋਈ ਪ੍ਰੋਬਲਮ ਨਹੀਂ ਇੱਥੇ ਆਪਣੀ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
रोजाना की तरह गुरद्वारा ब्रह्मटन सिख संगत विच संगतां जुड़दिया ने। सो अज साढ़े विच सरदार जी अपने आके उन्होंने अपने गलबात रखी है, बच्चों बहुत प्यारे तरीके समझाया। तो इस लड़ी के अपने इतने रोज़ तकरीबन 100 के करीब सिंह हर पंजाब की सारी स्टेट पंजाब कुल स्टेट के हरियाणे के कुछ स्टेटा के बंदे इतने जुड़ के अपने खास करके पंजाब के हालात के बारे बारे बच्चों की वात कनेडा के वातावरण के बारे बच्चों किस तरह वो तो सहूलत मिलन बच्चों की इस तरह के कई सज्जन इस तरह के होर भी कई सज्जन ने जोड़े काम दवाने होर भी एक दूजे कामों इन्हों की मदद करते रहते हैं। तो यह बहुत ही चंगा लगता है क्योंकि इतने एक आपस भाईचारा एक सज अज असी जिस तरह मस्जिद अला मस्जिद उत्थे गए थे उन्होंने भी सू दसा भी इतने जोड़ा भाईचारक सज है जी वह बहुत ही वधिया है। इत्थे तो सब तो वधिया यही गल है कि इत्थे हर धर्म के लोग मल्टीकल्चर जिहड़ा है वो अपना जिंदगी इत्थे बतीत करते हैं। सो इन्नियां गल्लां पर प्राण करो। वाहिगुरु जी का खालसा वाहिगुरु जी की फतह। थैंक यू सो मच जी साडे नाल गल करन वास्ते। वाहिगुरु चढ़दी कला बख्शे। फिलहाल दिओ वीडियो करने जी इत्थे ही गन बाय। थैंक यू जी।